ਅੱਜ ਡਾਕਟਰ ਜਤਿੰਦਰ ਸਿੰਘ ਹੋਣੇ ਜੁਗਲ ਕਿਸ਼ੋਰ ਹੁਣ ਦੇ ਸਮਰਥਨ 'ਚ ਜਿਹੜਾ ਆ ਇੱਕ ਵੱਡੀ ਰੈਲੀ ਆ ਕੇ ਉਹ ਜੰਮੂ ਦੇ ਵਿੱਚੋਂ ਵਿੱਚ ਜੰਮੂ ਸ਼ਹਿਰ 'ਚ ਜਿਹੜੀ ਹੈ ਕੱਢੀ ਔਰ ਡਾਕਟਰ ਜਤਿੰਦਰ ਸਿੰਘ ਜੁਗਲ ਕਿਸ਼ੋਰ ਹੁਣ ਦੇ ਸਮਰਥਨ 'ਚ ਵੋਟ ਮੰਗੇ। ਵੱਡੀ ਗੱਲ ਇਹ ਹੈ ਕਿ ਉਹਨੇ ਇਸ ਸਮਰਥਨ ਦੇ ਵਿੱਚ ਜਿਹੜਾ ਵੋਟ ਮੰਗਾ ਦੇ ਤਾਂ ਪਬਲਿਕ ਐਡਰੈਸ ਕਰਦੇ ਹੋਏ ਉਹਨੇ ਜਿਹੜਾ ਆ ਉਹ ਡੋਗਰੀ 'ਚ ਭਾਸ਼ਣ ਦਿੱਤਾ ਔਰ ਕੀ ਸ਼ਾਹਦੇ ਨੇ ਲੋਕਲ ਲੀਡਰ ਬੀਜੇਪੀ ਦੇ ਇਸ ਮੌਕੇ ਪਰ ਆਉਂਦੇ ਹਨ। ਉਹਨੂੰ ਗੁਪਤਾ ਸਾਡੇ ਕੰਨੇ ਅੱਜ ਗੱਲਬਾਤ ਕਰਨੇ ਤਾਂ ਡਾਕਟਰ ਜਤਿੰਦਰ ਸਿੰਘ ਦਾ ਦੌਰਾ ਹੋਇਆ, ਕਿੰਨਾ ਦੇਖਦੇ ਹੋ ਖਾਸ ਕਰ ਸਿਟੀ ਦੇ ਵਿੱਚ ਰਘੁਨਾਥ ਬਾਜ਼ਾਰ? ਅੱਜ ਤੁਸੀਂ ਦੇਖਿਆ ਹੋਣਾ ਪੂਰੀ ਤਾਦਾਦ, ਪੂਰੀ ਲੱਖ ਹਜ਼ਾਰਾਂ ਦੀ ਤਾਦਾਦ 'ਚ ਜਨਤਾ ਪੂਰੀ ਇਕੱਠੀ ਹੋਈ ਸੀ ਬੜੇ ਵਜ਼ੂਰ ਨਾਲ ਇਸ ਰੈਲੀ 'ਚ। ਉਹਨਾਂ ਨੇ ਆਪਣਾ ਯੋਗਦਾਨ ਦਿੱਤਾ ਕਿਉਂਕਿ ਜਨਤਾ ਚਾਹੁੰਦੀ ਹੈ ਕਿ ਦੁਬਾਰਾ ਮੋਦੀ ਜੀ ਸੈਂਟਰ 'ਚ ਆਉਣ ਅਤੇ ਸਾਡਾ ਦੁਬਾਰਾ ਜਿੰਨੇ ਸਾਡੇ ਉਹ ਕੰਮ ਬਚੇ ਦੇ ਆ ਜੋ ਸਾਡੀ ਉੱਨਤੀ ਵਾਸਤੇ, ਸਾਡੇ ਦੇਸ਼ ਦੀ ਉੱਨਤੀ ਵਾਸਤੇ ਉਹ ਹੀ ਇੱਕ ਪ੍ਰਧਾਨ ਮੰਤਰੀ ਜੋ ਕਰ ਸਕਦਾ, ਉਹਦੇ ਸਿਵਾ ਹੋਰ ਕੋਈ ਨਹੀਂ ਹੈ। ਸਰ ਪਬਲਿਕ ਐਡਰੈਸ ਕਰ ਰਿਹਾ ਡੋਗਰੀ 'ਚ, ਬਿਆਨ ਦਿਆ ਹੈ ਉਹ ਡੋਗਰੀ 'ਚ, ਭਾਸ਼ਣ ਦਿਆ, ਮੈਂ ਦੇਖਾ ਲੋਕ ਕਾਫੀ ਉਤਸ਼ਾਹਿਤ ਕੰਨਾਂ ਸੁਣਾ ਦੇ, ਉਹ ਕਿੰਨੇ ਦੇਖਦੇ ਹੋ ਡੋਗਰੀ 'ਚ? ਡੋਗਰੀ ਤਾਂ ਸਾਡੇ ਜੰਮੂ ਦੀ ਭਾਸ਼ਾ ਹੈ, ਮਾਤਰ ਭਾਸ਼ਾ ਹੈ, ਤਾਂ ਉਹ ਤਾਂ ਅੱਛਾ ਲੋਕਾਂ ਨੂੰ ਚੰਗਾ ਹੀ ਲੱਗਣਾ ਨਾ ਕਿ ਉਹ ਜਿਹੜੇ ਅਗਰ ਡੋਗਰੀ 'ਚ ਭਾਸ਼ਣ ਦੇਣਗੇ ਤਾਂ ਸਾਡੀ ਮਾਤਰ ਭਾਸ਼ਾ, ਔਰ ਇਹ ਤਾਂ ਸਾਰਿਆਂ ਨੂੰ ਹੀ ਅੱਛਾ ਲੱਗਦਾ ਕਿ ਸੁਣਨਾ ਉਸ ਭਾਸ਼ਾ 'ਚ ਅਗਰ ਭਾਸ਼ਣ ਵੱਜਦੇ। ਇੱਕ ਬਿਆਨ ਆਇਆ ਰੁਪਾਲਾ ਦਾ ਉਹਦੇ ਉੱਪਰ, ਫਿਲਹਾਲ ਆਪਣੀ ਵੈਲਿਊ ਰਾਏ ਇਸ ਬਾਰੇ 'ਚ ਜਿਹੜੀ ਹੈ ਉਹ ਕਮੈਂਟ ਸੈਕਸ਼ਨ ਜ਼ਰੂਰ ਰੱਖਿਓ, ਦੇਖ ਲਓ ਜੰਮੂ ਤੋਂ ਕੈਮਰਾ ਸਿੰਘ ਨਾਲ ਮੈਂ ਪੰਗੇ ਵੀਡੀਓ ਜਾਏ।